ਏਟੀਐਮ ਚੋਂ ਪੈਸੇ ਕਢਾਏ ਸੀਗੇ ਉਹ 3-4 ਸਾਲ ਤੋਂ। ਕਿਵੇਂ ਕਢਾਈ ਸੀ, ਹੈਕ ਕਿਵੇਂ ਕਰਦੇ ਸੀ ਏਟੀਐਮ? ਉਹਦਾ ਹੁੰਦਾ ਇੱਕ ਬਟਨ ਜਾਮ ਕਰ ਦਿੰਦੇ ਸੀ ਏਟੀਐਮ ਦਾ ਅਤੇ ਉਹ ਸਾਰਾ ਜਾਮ ਹੋ ਜਾਂਦਾ ਸੀਗਾ ਪਰ ਉਹ ਚੱਲਦਾ ਨਹੀਂ ਸੀ ਅਤੇ ਉਹ ਚਲੇ ਜਾਂਦੇ ਸੀਗੇ ਜਿੰਨੇ ਦੇ ਏਟੀਐਮ ਪੈਸੇ ਕਢਾਉਂਦੇ ਸੀ ਅਤੇ ਉਸ ਤੋਂ ਬਾਅਦ ਮੈਂ ਚਲਾ ਲੈਂਦਾ ਸੀ। ਪਰ ਉਹ ਪੇ ਏਟੀਐਮ 'ਚੋਂ ਰੁਪਏ ਚੋਰੀ ਕਰਕੇ ਹੈਂਗ ਕਰਕੇ ਅਤੇ ਚੋਰੀ ਕਰਕੇ ਤਾਂ ਕਰਕੇ ਨਹੀਂ। ਇਹ ਤਾਂ ਫਿਰ ਤੁਸੀਂ ਇਹ ਸਿੱਖਿਆ ਕਿੱਥੋਂ ਸੀਗਾ? ਇਹ ਤਾਂ ਮੋਬਾਈਲ 'ਤੇ ਹੀ ਦੇਖਦੇ ਦੂਸਰੇ ਰਹੇ ਮੈਂ ਨੈੱਟ ਜੇ 'ਤੇ ਵੇਖਿਆ ਸੀ। ਨੈੱਟ ਤੋਂ ਵੇਖ ਕੇ ਸਿੱਖਿਆ ਸੀ? ਹਾਂਜੀ। ਗੁਰਦੇਵ ਸਿੰਘ ਆਪਣੀ ਗ੍ਰਿਫਤਾਰੀ ਤੋਂ ਛਿਪਦਾ ਹੋਇਆ ਕਰੀਬ 1.5 ਸਾਲ ਤੋਂ ਘਰੋਂ ਭੱਜਿਆ ਹੋਇਆ ਸੀਗਾ ਜੀ। ਅੱਜ ਖੁਫੀਆ ਸੋਰਸਾਂ ਰਾਹੀਂ ਪਤਾ ਲੱਗਿਆ ਕਿ ਜਿਹੜਾ ਇਰਾਦਾ ਆਇਆ ਵਾ ਘਰ ਸੁਬਹਾ ਰੇਡ ਕਰਕੇ ਗ੍ਰਿਫਤਾਰ ਕਰਕੇ। ਜਲਾਲਾਬਾਦ ਪੁਲਿਸ ਨੇ ਏਟੀਐਮ ਹੈਕ ਕਰਕੇ ਠੱਗੀ ਮਾਰਨ ਵਾਲੇ ਆਰੋਪੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਏਟੀਐਮ ਨੂੰ ਹੈਕ ਕਰਨ ਦਾ ਤਰੀਕਾ ਇਸ ਨੇ ਇੰਟਰਨੈਟ ਤੋਂ ਸਿੱਖਿਆ ਸੀ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਪਿਛਲੇ 1.5 ਸਾਲ ਤੋਂ ਫਰਾਰ ਚੱਲ ਰਿਹਾ ਸੀ ਅਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਆਪਣੇ ਘਰ ਆਇਆ ਹੋਇਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਆਰੋਪ ਹੈ ਤੁਹਾਡੇ ਤੇ? ਜੀ, ਏਟੀਐਮ ਚੋਂ ਪੈਸੇ ਕਢਾਏ ਸੀਗੇ ਉਹ 3-4 ਸਾਲ ਤੋਂ। ਕਿਵੇਂ ਕਢਾਈ ਸੀ, ਹੈਕ ਕਿਵੇਂ ਕਰਦੇ ਸੀ ਏਟੀਐਮ ਨੂੰ? ਉਹਦਾ ਹੁੰਦਾ ਇੱਕ ਬਟਨ ਜਾਮ ਕਰ ਦਿੰਦੇ ਸੀ ਏਟੀਐਮ ਦਾ ਅਤੇ ਉਹ ਸਾਰਾ ਜਾਮ ਹੋ ਜਾਂਦਾ ਸੀਗਾ ਪਰ ਉਹ ਚੱਲਦਾ ਨਹੀਂ ਸੀ ਅਤੇ ਉਹ ਚਲੇ ਜਾਂਦੇ ਸੀਗੇ ਜਿੰਨੇ ਦੇ ਏਟੀਐਮ ਪੈਸੇ ਕਢਾਉਂਦੇ ਸੀ ਅਤੇ ਉਸ ਤੋਂ ਬਾਅਦ ਮੈਂ ਚਲਾ ਲੈਂਦਾ ਸੀ। ਨਹੀਂ, ਇਹ ਤਾਂ ਫਿਰ ਤੁਸੀਂ ਇਹ ਸਿੱਖਿਆ ਕਿੱਥੋਂ ਸੀਗਾ? ਇਹ ਤਾਂ ਮੋਬਾਈਲ 'ਤੇ ਹੀ ਦੇਖਦੇ ਦੂਸਰੇ ਰਹੇ ਮੈਂ ਨੈੱਟ ਜੇ 'ਤੇ ਵੇਖਿਆ ਸੀਗਾ। ਨੈੱਟ ਤੋਂ ਵੇਖ ਕੇ ਸਿੱਖਿਆ ਸੀ? ਹਾਂਜੀ। ਅੱਛਾ ਅੱਛਾ ਅੱਛਾ। ਅਤੇ ਉਹਨੂੰ ਕਿੰਨੇ ਚਿਰ ਤੋਂ ਪਕੌੜਾ ਸੀ? ਉਹਨੂੰ ਹੋ ਹੀ ਗਿਆ ਜੀ 1.5 ਸਾਲ ਹੋ ਗਿਆ। 1.5 ਸਾਲ ਤੋਂ? ਅਤੇ ਹੋਰ ਵੀ ਕੋਈ ਚੋਰੀਆਂ ਕੀਤੀਆਂ? ਨਹੀਂ। ਠੀਕ। ਥੋੜ੍ਹਾ ਜਿਹਾ ਜੀ, ਮਾਣਯੋਗ ਅਦਾਲਤ ਵੱਲੋਂ ਗੁਰਦੇਵ ਸਿੰਘ ਪੁੱਤਰ ਖਰੈਤ ਲਾਲ ਵਾਸੀ ਕੁਟੀ ਮੋੜ ਗੁਰੂ ਹਰ ਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਜੋ ਕਿ ਅਦਾਲਤ ਵੱਲੋਂ ਭਗੌੜਾ ਕਰਾਰ ਕੀਤਾ ਗਿਆ ਸੀ, ਜੋ ਆਪਣੀ ਗ੍ਰਿਫਤਾਰੀ ਤੋਂ ਛਿਪਦਾ ਹੋਇਆ ਕਰੀਬ 1.5 ਸਾਲ ਤੋਂ ਘਰੋਂ ਭੱਜਿਆ ਹੋਇਆ ਸੀਗਾ ਜੀ। ਅੱਜ ਖੁਫੀਆ ਸੋਰਸਾਂ ਰਾਹੀਂ ਪਤਾ ਲੱਗਿਆ ਕਿ ਜਿਹੜਾ ਇਰਾਦਾ ਆਇਆ ਵਾ ਘਰ ਸੁਬਹਾ ਰੇਡ ਕਰਕੇ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕਰਤਾ। ਇਹਦੇ ਦੇ ਆਰੋਪ ਕੀ ਸੀਗੇ? ਆਰੋਪ ਇਹ ਏਟੀਐਮ 'ਚੋਂ ਰੁਪਏ ਚੋਰੀ ਕਰਕੇ ਹੈਂਗ ਕਰਕੇ ਅਤੇ ਚੋਰੀ ਕਰਕੇ ਤਾਂ ਕਰਕੇ 420 ਦਾ। ਕਿੰਨੀਆਂ ਕੁ ਮਾਮਲੇ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ? ਕਿੱਥੇ ਤੱਕ? 4-5 ਦਿੱਤੀਆਂ। 2016 ਦਾ ਮੁਕੱਦਮਾ ਵਾ, ਮਾਣਯੋਗ ਅਦਾਲਤ ਵੱਲੋਂ ਪੀ ਓ ਕਰਾਰ ਕੀਤਾ ਵਾ ਸੀ। ਅੱਜ ਇਹਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਪੇਸ਼ ਕਰਤਾ। ਮਾਣਯੋਗ ਅਦਾਲਤ ਨੇ ਬੰਦ ਸਬ ਜੇਲ੍ਹ ਫਾਜ਼ਿਲਕਾ ਦਾ ਹੁਕਮ ਫਰਮਾਇਆ। ਜਲਾਲਾਬਾਦ ਤੋਂ ਮੋਂਟੀ ਚੂਗ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।